ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਡੇਰਾ ਬਾਬਾ ਨਾਨਕ। ਵੱਡੀ ਖਬਰ ਆ ਰਹੀ ਹੈ ਔਰ ਉਹ ਵੀ ਪਾਕਿਸਤਾਨ ਵੱਲੋਂ ਵੱਡੀ ਖਬਰ ਆ ਰਹੀ ਹੈ ਕਿ 9 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਜੋ ਵੀ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਚਾਹੁੰਦੀ ਹੈ ਉਹਨਾਂ ਦਾ ਕੋਈ ਵੀ $20 ਜੋ ਗੱਲ ਚੱਲ ਰਹੀ ਹੈ ਉਹ ਨਹੀਂ ਲੱਗਣਗੇ। ਉਹਨਾਂ ਨੂੰ ਫਰੀ ਆਫ ਕੋਸਟ ਜਿਹੜੀ ਹੈ ਉਹ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਸਕਦਾ ਹੈ। ਕੀ ਵੱਡੀ ਹੋਰ ਖਬਰ ਹੈ, ਚੱਲਦੇ ਹਾਂ ਜੀ ਗੁਰਦਾਸਪੁਰ, ਜਿੱਥੋਂ ਮੇਰੇ ਨਾਲ ਸੁਖਦੇਵ ਰੰਧਾਵਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰੰਧਾਵਾ ਜੀ, ਇਸ ਵੱਡੀ ਖਬਰ ਨੂੰ ਲੈ ਕੇ ਹੋਰ ਕੀ ਜਾਣਕਾਰੀ ਹੈ? ਸੋਦੇ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਹੀ ਇੱਕ ਖੁਸ਼ਖਬਰੀ, ਜੋ ਸਿੱਖ ਪਿਲੀਗ੍ਰਾਮ ਹੈ ਉਹ ਜਾ ਰਹੇ ਨੇ, ਉਹਦੇ ਵਿੱਚ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਦਰਸ਼ਨ ਵਾਸਤੇ ਜਿਹੜਾ ਕੋਰੀਡੋਰ ਖੁੱਲ ਰਿਹਾ ਹੈ। ਜਿਹੜੇ ਪਹਿਲੇ ਬੜੇ ਚਿਰਾਂ ਤੋਂ ਅਰਦਾਸ ਸੀ, ਜੋ ਅੱਜ ਅਰਦਾਸ ਜਿਹੜੀ ਉਹ ਪੂਰੀ ਹੋਣ ਜਾ ਰਹੀ ਹੈ। 9 ਤਰੀਕ ਨੂੰ ਜਿਹੜੀ ਇਹਦੀ ਓਪਨਿੰਗ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਕਰ ਰਹੇ ਨੇ, ਤੇ ਉਹ ਜਿਹੜੀ ਖੁਸ਼ਖਬਰੀ ਜਿਹੜੀ ਹੈ ਪਾਕਿਸਤਾਨ ਵੱਲੋਂ ਇੱਕ ਬਹੁਤ ਵਧੀਆ ਸਕੂਨ ਭਰੀ ਜਿਹੜੀ ਹਵਾ ਵਾ ਉਹ ਆਈ ਹੈ, ਜਿਹਦੇ ਵਿੱਚ $20 ਜਿਹੜੇ ਫੀਸ ਸੀ ਉਹ 9 ਤੋਂ ਲੈ ਕੇ 12 ਤੱਕ ਜੋ ਸ਼ਰਧਾਲੂ ਜਾਣਗੇ ਉਹਨਾਂ ਤੋਂ ਫੀਸ ਵੀ ਨਹੀਂ ਲਈ ਜਾਏਗੀ। ਪਾਸਪੋਰਟ ਦੀ ਜਿਹੜੀ ਉਹ ਕੰਪਲਸਰੀ ਕੀਤੀ ਗਈ ਸੀ ਉਹ ਉਹ ਤੋਂ ਵੀ ਛੋੜ ਦਿੱਤੀ ਗਈ ਆ, ਤੇ ਹੋਰ ਵੀ ਸ਼ਾਇਦ ਜਿਹੜੇ ਜਿਹੜੀ ਸਕੂਨ ਭਰੀ ਜਿਹੜੀ ਉਧਰੋਂ ਫਿਜ਼ਾ ਵੱਲੋਂ ਹਵਾ ਆਏਗੀ ਉਹ ਸ਼ਾਇਦ ਸਿੱਖ ਸ਼ਰਧਾਲੂਆਂ ਵਾਸਤੇ ਕੋਈ ਬਿਹਤਰ ਹੋਏਗੀ ਜੀ। ਸੋਤਾ ਜੀ, ਲੇਕਿਨ ਇਹ ਜਿਹੜੇ ਪਾਸਪੋਰਟ ਬਾਰੇ ਤੁਸੀਂ ਗੱਲ ਕੀਤੀ ਹੈ, ਮਤਲਬ ਹਮੇਸ਼ਾ ਲਈ ਖਤਮ ਕੀਤਾ ਜਾਏਗਾ ਜਾਂ ਇਹਨਾਂ ਦਿਨਾਂ ਵਿੱਚ ਹੀ ਖਤਮ ਕੀਤਾ ਜਾਏਗਾ, ਕੋਈ ਕੋਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ? ਮੈਂ ਇੱਥੇ ਇੱਕ ਗੱਲ ਜਿਹੜਾ ਉਲੇਖਣੀ ਹੈ ਕਿ ਜਿਹੜੀ ਸਾਈਟ ਹੈ ਉਹਨਾਂ ਵੱਲੋਂ ਦਿੱਤੀ ਗਈ ਸੀ ਤੇ ਉਹਦੇ ਵਿੱਚ 9 ਤੋਂ 12 ਤਰੀਕ ਤੱਕ ਕਿਸੇ ਸ਼ਰਧਾਲੂ ਦੀ ਜਿਹੜੀ ਰਜਿਸਟ੍ਰੇਸ਼ਨ ਹੋ ਨਹੀਂ ਰਹੀ ਹੈ। ਇਸ ਵਕਤ 13 ਤੋਂ ਹੀ ਸ਼ੁਰੂ ਜਿਹੜੀ ਆ ਹੋ ਰਹੀ ਆ, ਜਦਕਿ ਮੇਰੇ ਇਹ ਹਿਸਾਬ ਨਾਲ ਆਇਆ ਜਾ ਸਕਦਾ ਕਿ 9 ਤੋਂ ਜਿਹੜੇ 12 ਤੱਕ ਹੈ ਉਹ ਫਿਲ ਹੋ ਚੁੱਕੇ ਆ, ਫਾਰਮ ਜਿਹੜੇ ਫਿਲ ਹੋ ਚੁੱਕੇ ਆ ਉਹਦੇ ਵਿੱਚ ਸ਼ਾਇਦ ਇਸੇ ਕਰਕੇ ਹੀ ਸ਼ਾਇਦ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਹਨਾਂ ਵੱਲੋਂ ਇਹ ਗੱਲ ਜਿਹੜੀ ਆ ਉਹ ਟਵੀਟ ਕਰਕੇ ਦੱਸੀ ਗਈ ਹੈ ਤੇ ਜਿਹੜੀ ਕਿ 9 ਤੋਂ 12 ਤਰੀਕ ਤੱਕ ਜਿਹੜੇ ਆ ਉਹ ਸ਼ਰਧਾਲੂਆਂ ਕੋਲ $20 ਫੀਸ ਨਹੀਂ ਲਈ ਜਾਏਗੀ, ਪਾਸਪੋਰਟ ਤੇ ਵੀ ਕੋਈ ਕੰਪਲਸਰੀ ਨਹੀਂ। ਇੱਕ ਹੋਰ ਜਿਹੜੀ ਗੱਲ ਸੀ ਕਿ 15 ਦਿਨ ਪਹਿਲਾਂ ਜਿਹੜੀ ਆ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਸੀ ਉਹ ਵੀ ਜਿਹੜੀ ਖਤਮ ਕਰ ਦਿੱਤੀ ਗਈ ਆ, ਉਹ ਵੀ ਸ਼ਾਇਦ ਬਹੁਤ ਖੁਸ਼ਖਬਰੀ ਵਾਲੀ ਖਬਰ ਹੈ ਤੇ ਜਿਹੜੀ ਆ ਵੀ ਜਦੋਂ ਮਰਜ਼ੀ ਜਿਹੜੇ ਆ ਉਹ ਆਪਣੇ ਜਿਹੜੇ ਰਜਿਸਟ੍ਰੇਸ਼ਨ ਆ ਉਹ ਸਿੱਖ ਸ਼ਰਧਾਲੂ ਕਰਵਾ ਸਕਦੇ ਆ ਜੀ। ਸੋਤਾ ਜੀ, ਬਹੁਤ ਬਹੁਤ ਮਿਹਰਬਾਨੀ ਰੰਧਾਵਾ ਸਾਹਿਬ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ। ਦੋਸਤੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਪਾਕਿਸਤਾਨ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਖਬਰ, ਖੁਸ਼ਖਬਰੀ ਆਈ ਹੈ। ਉਹਨਾਂ ਨੇ ਸਾਈਡ 'ਤੇ ਬਕਾਇਦਾ ਤੌਰ 'ਤੇ ਲਿਖ ਦਿੱਤਾ ਕਿ 9 ਤੋਂ ਲੈ ਕੇ 12 ਨਵੰਬਰ ਤੱਕ ਜੋ ਵੀ ਸਿੱਖ ਸੰਗਤ, ਕੋਈ ਵੀ ਸੰਗਤ ਜਾਣੀ ਚਾਹੁੰਦੀ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ, ਉਹਨਾਂ ਦੀ ਕੋਈ ਫੀਸ ਨਹੀਂ ਲੱਗੇਗੀ, ਕਿਸੇ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ। ਲੇਕਿਨ ਅਜੇ ਤੱਕ ਮਤਲਬ ਜਿਵੇਂ ਰੰਧਾਵਾ ਜੀ ਨੇ ਦੱਸਿਆ ਕਿ ਕੋਈ ਉਸ ਤਰ੍ਹਾਂ ਦਾ ਹੋ ਨਹੀਂ ਰਿਹਾ, ਖੈਰ ਆਉਣ ਵਾਲੇ ਸਮੇਂ ਵਿੱਚ ਹੋ ਜਾਏਗਾ। ਔਰ ਦੋਸਤੋ ਇਹ ਵਾਕਈ ਬਹੁਤ ਵੱਡੀ ਖਬਰ ਹੈ ਔਰ ਕਰਿਓਸਿਟੀ ਹੈ ਇਸ ਗੱਲ ਦੀ ਕਿ ਕਦੋਂ ਮਤਲਬ ਇਹ ਕੋਰੀਡੋਰ ਖੁੱਲ੍ਹੇ ਤਾਂ ਅਸੀਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੀਏ, ਕਿਉਂਕਿ ਜਦੋਂ ਵੀ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਸੀ ਇਹੀ ਅਰਦਾਸ ਕਰਦੇ ਸੀ ਕਿ ਜੋ ਗੁਰਧਾਮ ਸਾਡੇ ਤੋਂ ਵਿਛੜ ਚੁੱਕੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਬਖਸ਼ਣਾ, ਔਰ ਸਾਡੀ ਉਹ ਦੁਆ, ਸਾਡੀ ਉਹ ਅਰਦਾਸ ਮਾਲਕ ਨੇ ਕਬੂਲ ਕਰ ਲਈ ਹੈ। ਔਰ ਹੁਣ ਬਹੁਤ ਜਲਦੀ ਆਪਾਂ ਸਾਰੇ ਜਿੱਥੇ ਜਿੱਥੇ ਵੀ ਸੰਗਤਾਂ ਬੈਠੀਆਂ ਨੇ ਜਾ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।